ਤੁਸੀਂ ਚਾਰੋਂ ਤਰਫ ਦੇਖ ਲਓ ਇਸ ਇਲਾਕੇ ਜੋ ਵੀ ਤਰੱਕੀ ਹੋਏ ਭਾਵੇਂ ਗ੍ਰਿਡ ਬਣੇ ਭਾਵੇਂ ਫੋਕਲ ਪੁਆਇੰਟ ਬਣੇ ਭਾਵੇਂ ਸਕੂਲ ਬਣੇ ਭਾਵੇਂ ਸਟੇਡੀਅਮ ਬਣੇ ਭਾਵੇਂ ਮੋਗਾ ਦੇਖ ਲਓ ਆ ਬਿਲਡਿੰਗ ਸੈਕਟਰੀਏਟ ਵੀ ਬਣੀ ਉਦੋਂ ਹੀ ਬਣੇ ਜੋ ਅਕਾਲੀ ਦਲ 15,000 ਰੁਪਏ ਸ਼ਗਨ ਗਰੀਬਾਂ ਦੇ ਘਰ ਦੇ 200 ਯੂਨਿਟ ਬਿਜਲੀ ਦੇ ਮਾਫ ਲੜਕੀਆਂ ਦੀ ਪੜ੍ਹਾਈ ਮੁਫ਼ਤ ਮੈਨੂੰ ਪਿਛਲੀ ਵਾਰ ਦੱਸਿਆ ਕਿ ਇੱਥੇ ਪੀਣ ਵਾਲੇ ਪਾਣੀ ਦੀ ਬੜੀ ਵੱਡੀ ਸਮੱਸਿਆ ਹੈ ਮੈਂ ਕਿਹਾ ਸਾਰੇ ਪਿੰਡਾਂ 'ਚ ਆਰ ਓ ਲਾ ਦਿਓ ਪੰਜਾਬ ਇਕੱਲਾ ਸੂਬਾ ਪੂਰੇ ਹਿੰਦੁਸਤਾਨ ਜਿੱਥੇ ਪਿੰਡਾਂ 'ਚ ਆਰ ਓ ਲੱਗੇ ਹੈ ਤੁਸੀਂ ਹਰਿਆਣੇ ਚੱਲ ਜਾਓ ਗੰਦਾ ਪਾਣੀ ਪਿੰਡਾਂ ਦੇ ਲੋਕ ਪੀ ਜਾਂਦੇ ਆ ਇੱਥੇ ਆਰ ਓ ਸਿਸਟਮ ਤੱਕ ਹੁਣ ਅਸੀਂ ਕਈ ਹੋਰ ਵੱਡੀਆਂ ਚੀਜ਼ਾਂ ਕਰਨ ਲੱਗੇ ਹਾਂ ਜਿਹੜੇ ਅਗਲੇ 2-3 ਸਾਲਾਂ 'ਚ ਆ ਸੜਕਾਂ ਦੇਖ ਲਓ ਕਿੰਨੇ ਵੱਡੇ ਪੱਧਰ 'ਤੇ ਅਸੀਂ ਪੈਸਾ ਲਾ ਰਹੇ ਹਾਂ ਚਾਰੋਂ ਤਰਫ ਸੜਕਾਂ ਜਿਹੜੀਆਂ ਆ ਜਿਵੇਂ ਲੁਧਿਆਣੇ ਤੋਂ ਤੁਸੀਂ ਮੋਗੇ ਪਹਿਲੇ ਬੁਰਾ ਹਾਲ ਸੀ ਡਰਦੇ ਸੀ ਤੁਸੀਂ ਜਾਂਦੇ ਲੁਧਿਆਣੇ ਜੈਨ ਸਾਹਿਬ ਆ ਗਏ ਡਰਦੇ ਸੀ ਤੁਸੀਂ ਕਿਉਂਕਿ ਕਿਤੇ ਐਕਸੀਡੈਂਟ ਹੋ ਜਾਂਦੇ ਸੀ ਕਿਤੇ ਟਰੈਕਟਰ ਕਿਤੇ ਟਰੱਕ ਦੇ ਐਕਸੀਡੈਂਟ ਹੋ ਗਿਆ ਕਿਤੇ ਕਾਰਾਂ ਦਾ ਹਰ ਪਿੰਡ ਵਿੱਚ ਮੈਂ ਦੇਖਦਾ ਕੋਈ ਨਾ ਕੋਈ ਇਨਸਾਨ ਐਕਸੀਡੈਂਟ ਕਰਕੇ ਨੁਕਸਾਨ ਹੋਇਆ ਪਰਿਵਾਰਾਂ ਦਾ 1200 ਕਰੋੜ ਰੁਪਏ ਖਰਚ ਨਾਲ ਆ ਸੜਕ ਬਣ ਰਹੀ ਹੈ 4 ਲੇਨ ਸੜਕ ਤੁਸੀਂ ਹੁਣ ਲੁਧਿਆਣੇ ਜਾਓਗੇ 1.5 ਘੰਟਾ ਲੱਗਦਾ ਸੀ ਹੁਣ 40-35-40 ਮਿੰਟਾਂ ਜਾਓਗੇ ਇਹ ਜਿਹੀਆਂ ਸੜਕਾਂ ਚਾਰੋਂ ਤਰਫ ਪੰਜਾਬ 'ਚ ਬਣਨੀਆਂ ਸ਼ੁਰੂ ਅੱਗੇ 2-4 ਮਹੀਨੇ 'ਚ ਹੋ ਜਾਣੀਆਂ ਇੱਥੋਂ ਅੰਮ੍ਰਿਤਸਰ ਦੇ ਵਿੱਚ ਸੜਕ ਆਈ 4 ਲੇਨ ਦੀ ਹੋਊਗੀ ਇੱਥੋਂ ਜੇ ਤੁਸੀਂ ਬਰਨਾਲੇ ਜਾਣਾ ਮੋਗੇ ਤੋਂ ਵੀ 4 ਲੇਨ ਦੀ ਹੋਊਗੀ ਜਿਵੇਂ ਆਹ ਸੜਕ ਹੈ ਇੱਥੋਂ ਜਲੰਧਰ ਜਾਣਾ ਉਹ ਵੀ 4 ਲੇਨ ਦੀ ਸਾਰੀਆਂ ਮਨਜ਼ੂਰ ਕਰ ਦਿੱਤੀਆਂ ਸੀ ਤੇ ਕੰਮ ਅਗਲੇ 3 ਸਾਲਾਂ 'ਚ ਹੋ ਜਾਣਾ ਐਕਟ ਹੀ ਅਗਲੇ ਇਸ ਸਾਲ ਅਸੀਂ 1500 ਕਰੋੜ ਰੁਪਏ ਖਰਚ ਰਿਹਾ ਪਿੰਡਾਂ ਦੀ ਸੜਕਾਂ ਸਾਰੀਆਂ ਰਿਪੇਅਰ ਕਰ ਰਹੇ 1500 ਕਰੋੜ ਕਰਕੇ ਪੈਸੇ ਦੀ ਕਮੀ ਨਹੀਂ ਹੈ ਇਹਨੇ ਝੂਠ ਬੋਲੀ ਜਾਂਦੇ ਕਾਫੀ ਇੱਕ ਮੇਰਾ ਪੀਪੀਪੀ ਵਾਲਾ ਉਹਦੇ ਸਾਰੇ ਪੀਪੀਪੀ ਦੇ ਸਾਰੀ ਉੱਡ ਗਈ ਪਤਾ ਨਹੀਂ ਮਤਲਬ ਹੈ ਜੀ ਕਿਵੇਂ ਹੈਗੀ ਤੁਹਾਡੇ ਪਿੰਡ 'ਚ ਕੋਈ ਪੀਪੀਪੀ ਹੁਣ ਤਾਂ ਚੱਲੀ ਪਹਿਲੇ 3 ਪੀ ਸੀ ਹੁਣ ਵਿਕਟਾਂ ਨਹੀਂ ਦੇਖ ਰਹੇ ਕਹਿੰਦੀਆਂ ਦੇਖੀਆਂ ਪੀਪੀਪੀ 2 ਤਾਂ ਵਿਕਟਾਂ ਉੱਡ ਗਈਆਂ ਇਕੱਲਾ ਹੀ ਵਿਚਾਰਾ ਗਿਆ ਐਵੇਂ ਪੰਜਾਬ ਨੰਗ ਹੋ ਗਿਆ ਜੀ ਪੰਜਾਬ ਲੁੱਟਿਆ ਗਿਆ ਜੀ ਪਹਿਲੀ ਗੱਲ ਦੱਸੋ ਯਾਰ ਕੋਈ ਆਪਣੇ ਘਰ ਨੂੰ ਕੋਈ ਬਦਨਾਮ ਕਰਦਾ ਜੇ ਕਿਸੇ ਕੋਲ ਨੰਗ ਵੀ ਹੋਣਾ ਕਰਜ਼ਾ ਹੀ ਹੋਇਆ ਬਾਹਰ ਟਾਈਮ ਕੱਪੜਾ ਧੋ ਧੋ ਕੇ ਟੌਰ ਕੱਢ ਕੇ ਘਰੋਂ ਨਿਕਲਦਾ ਜੇ ਕਹਿੰਦੇ ਨਾ ਮੈਂ ਨੰਗਾ ਕਿਸੇ ਨਾਲ ਦੇ ਸਤਿ ਸ਼੍ਰੀ ਅਕਾਲ ਹੀ ਨੋੜਾ ਕਹਿੰਦਾ ਨੰਗ ਤੁਰਿਆ ਜਾਂਦਾ ਆਪਣਾ ਕੈਪਟਨ ਅਮਰਿੰਦਰ ਸਿੰਘ ਤੇ ਮਨਪ੍ਰੀਤ ਰੋਜ਼ ਕਹਿਣਗੇ ਪੰਜਾਬ ਨੰਗ ਹੈ ਪੰਜਾਬ ਨੰਗ ਹੈ ਪੰਜਾਬ ਨੂੰ ਕੀ ਹੋ ਗਿਆ ਦੇਖੋ ਕਿ ਸੜਕਾਂ ਲਈ ਪੈਸੇ ਦੀ ਹਨੇਰੀ ਲਈ ਜਾਂਦੇ ਅਸੀਂ ਕਿਸੇ ਚੀਜ਼ ਦੀ ਤੁਸੀਂ ਕਹਿੰਦੇ ਆਰ ਓ ਚਾਹੀਦਾ ਲਾਓ ਆਰ ਓ ਆਹ ਤੁਰੋ ਹੀ ਦੇਖ ਲਏ ਜਦੋਂ ਪਿੰਡਾਂ 'ਚ ਆਏ ਇਹਨਾਂ ਨੂੰ ਪਤਾ ਲੱਗ ਗਿਆ ਕਹਿੰਦੇ ਮਾੜੀ ਨਹਿਰੀ ਪਾਣੀ ਦੀ ਮੈਨੂੰ ਪਹਿਲੇ ਦਿਨ ਕਹਿੰਦੇ ਕਿ ਨਹਿਰੀ ਪਾਣੀ ਇੱਥੇ ਪਿੰਡਾਂ ਦੀ ਹੈ ਤੁਸੀਂ ਮੇਰੇ ਬਾਰੇ ਜਾਣਦੇ ਹੋ ਕਿ ਮੈਂ ਕਿਤੇ ਲਾਰੇ ਨਹੀਂ ਲਾ ਮੈਂ ਤੇ ਸੇਖੋ ਸਾਹਿਬ ਕਿਉਂਕਿ ਇਲੈਕਸ਼ਨ ਦਾ ਟਾਈਮ ਹੈ ਅਸੀਂ ਐਲਾਨ ਨਹੀਂ ਕਰ ਸਕਦੇ ਪਹਿਲੇ ਹਫ਼ਤੇ ਮੀਨਸ ਅਗਲੇ ਮਹੀਨੇ ਪਹਿਲੇ ਹਫ਼ਤੇ ਸੰਗਤ ਦਰਸ਼ਨ ਕਰਾਂਗੇ ਪਹਿਲੇ ਹਫ਼ਤੇ ਸੇਖੋ ਸਾਹਿਬ ਨਾਲ ਹੋਣਗੇ ਆਹ ਜਿਹੜੀ ਮੰਗ ਹੈ ਤੁਹਾਡੀ ਮੈਂ ਪੂਰੀ ਕਰਕੇ ਦਊਂਗਾ ਮੇਰੀ ਕਮਿਟਮੈਂਟ ਹੈ ਤੁਹਾਡਾ ਪਤਾ ਸਰਪੰਚ ਨੂੰ ਮੈਨੂੰ ਪਤਾ ਕਈ ਪਿੰਡਾਂ 'ਚ ਮੈਂ 2.5-2.5 ਸਾਲ ਕਰਾਉਂਦੇ ਸੀ 2 ਸਰਪੰਚਾਂ ਦੇ ਪਹਿਲਾ ਸਰਪੰਚ 2.5 ਸਾਲ ਕਰਕੇ ਮੁੱਕਰ ਹੀ ਗਿਆ ਕਹਿੰਦਾ ਮੈਂ ਨਹੀਂ ਜਾਂਦਾ ਹੁੰਦਾ ਹੁਣ ਕੋਈ ਕੁਰਸੀ ਨਹੀਂ ਛੱਡਦਾ ਆ ਜੈਨ ਸਾਹਿਬ ਆ ਕਹਿੰਦਾ ਮਾਰੋ ਬੜੀ ਕੁਰਸੀ ਨੂੰ ਮੈਂ ਕਹਿੰਦਾ ਮੈਦਾਨੇ ਜੰਗ ਫਿਰ ਤੋਂ ਵਾਪਸ ਆਉਣਾ ਮੈਂ ਮੇਰੇ ਕਹਿੰਦੇ ਮੈਂ ਮੈਂ ਕਹਿ ਦਲੇਰੀ ਤਾਂ ਚਾਹੀਦੀ ਹੈ ਹੁਣ ਆਪਾਂ ਤਾਂ ਕੁਰਸੀ ਛੱਡਣ ਵਾਲਾ ਬੰਦਾ ਇਸ ਕਰਕੇ ਲੜਾਈਆਂ ਕੁਰਸੀਆਂ ਨਹੀਂ ਹੁੰਦੀ ਹੈ ਚਲਾ ਕੇ ਮਾਰੀ ਕਹਿੰਦਾ ਮੈਂ ਜੇ ਆਊਂਗਾ ਤਾਂ ਅਕਾਲੀ ਦਲ ਦੇ ਝੰਡੇ ਥੱਲੇ ਹੀ ਆਊਂਗਾ ਕਾਂਗਰਸ ਦੇ ਝੰਡੇ ਥੱਲੇ ਨਹੀਂ ਮੈਂ ਤੁਹਾਨੂੰ ਕਰਦਾ ਮੈਂ ਕਾਂਗਰਸ ਨੂੰ ਝੰਡੇ ਨੂੰ ਵਾਪਸ ਭੁਲੇੜ ਕੇ ਉਹਨੂੰ ਫੜਾ ਕੇ ਆਊਂਗਾ ਇਸ ਕਰਕੇ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਆ ਰਹਿ ਗਏ ਯਾਰ 7-8 ਦਿਨ ਦੇ ਹਨੇਰੀ ਲਿਆ ਦੋ ਮੱਲਾ ਜਿਹੜਾ ਤੁਹਾਡਾ ਤੂਫਾਨ ਚੱਲ ਰਿਹਾ ਮੈਨੂੰ ਲੱਗਦਾ ਨਹੀਂ ਕੋਈ ਕਾਂਗਰਸੀ ਮੱਲਾ ਦਾ ਸ਼ਾਇਦ ਸਾਥੀ ਆ ਜਾਏ 2-4 ਦਿਨਾਂ 'ਚ ਜਿਵੇਂ ਮਾਹੌਲ ਲੱਗਦਾ ਹੈ ਜਿਵੇਂ ਸਾਰੇ ਜਾਈ ਜਾਂਦੇ ਹੈ ਇਸ ਕਰਕੇ ਕਾਂਗਰਸ ਰਹਿ ਰਹੀ ਨਹੀਂ ਦੇਸ਼ 'ਚ ਨਹੀਂ ਰਹਿਣੀ ਮੈਨੂੰ ਲੱਗਦਾ ਦੇਸ਼ 'ਚ ਨਹੀਂ ਰਹਿਣੀ ਕਾਂਗਰਸ ਐਜਾ ਬੁਰਾ ਹਾਲ ਹੈ 25 ਸਾਲ ਘੱਟ ਤੋਂ ਘੱਟ ਤੁਹਾਡਾ ਰਾਜ ਹਾਂ ਜਗਰੂਪ ਆ ਦੇਖੋ ਕੱਲ ਸ਼ੇਰ ਆ ਵੀ ਜਗਰੂਪ ਸਿੰਘ ਆ ਕਾਂਗਰਸ ਤਾਂ ਖਤਮ ਹੋ ਗਈ ਹੈ ਆ ਪਹਿਲਾ ਟ੍ਰਾਇਲ ਲੜਨਾ ਹੋਇਆ ਪਾਰਲੀਮੈਂਟ ਦਾ ਤੁਸੀਂ ਦੇਖੋ ਜਮਾ ਹੀ ਸਫਾਇਆ ਹੋ ਗਿਆ ਹੁਣ ਰਾਹੁਲ ਗਾਂਧੀ ਉਹਨੂੰ ਪਤਾ ਹੀ ਨਹੀਂ ਕੀ ਹੋ ਰਿਹਾ ਕੀ ਕਰਨਾ ਮੈਂ ਪੁੱਛਿਆ ਸੀ ਜੈਨ ਸਾਹਿਬ ਨੂੰ ਮੈਂ ਕਿਹਾ ਜੈਨ ਸਾਹਿਬ ਤੁਸੀਂ ਕਾਂਗਰਸ 'ਚ ਹੋਈ ਰਹੇ ਹੋ ਕਿੰਨੀ ਵਾਰ ਸੋਨੀਆ ਨੂੰ ਮਿਲ ਚੁੱਕੇ ਹੋ ਕਹਿੰਦਾ ਸਾਨੂੰ ਸੋਨੀਆ ਦਾ ਨੇੜੇ ਤਾਂ ਦਿੱਲੀ ਤੱਕ ਨਹੀਂ ਪਹੁੰਚਣ ਦਿੰਦੇ ਸਾਨੂੰ ਸੋਨੀਆ ਕਿੱਥੇ
ਮੈਂ ਇੱਥੇ ਅਕਾਲੀ ਦਲ ਦੇ ਪ੍ਰਧਾਨ ਨੂੰ ਜਾਂਦੇ ਜਾਂਦੇ ਵੀ ਬਾਹਰ ਫੜ ਲੈਣੇ, ਕਾਂਗਰਸ ਦੇ ਰਾਜੇ ਨੂੰ ਨੀ ਮਿਲ ਸਕਦੇ, ਕਿੰਨੇ ਰਾਜੇ ਨੂੰ ਮਿਲ ਸਕਦੇ ਤੁਸੀਂ? ਬਹੁਤ ਉਹ ਕੋਈ ਰਾਣੀ ਨਹੀਂ ਮਿਲ ਸਕੀ ਤਾਂ ਤੁਸੀਂ ਕਿੱਥੋਂ ਮਿਲੋਗੇ? ਇਸ ਕਰਕੇ ਇੱਥੇ ਜਵਾਨ ਜਦੋਂ ਜੀ ਗਏ ਜੇ ਸੇਖੋ ਸਾਹਿਬ ਜਾਂਦੇ ਲਾਹ ਜੀ ਰੋਕ ਲੈਂਦੇ ਗੱਡੀਆਂ, ਸੇਖੋ ਸਾਹਿਬ ਇੱਕ ਮਿੰਟ ਗੱਲ ਸੁਣਿਆ। ਹਾਂ, ਇਸ ਕਰਕੇ ਉਹ ਫਰਕ ਅਕਾਲੀ ਦਲ ਦਾ, ਅਕਾਲੀ ਦਲ ਤੁਹਾਡੇ ਚੋਂ ਨਿਕਲੇ ਆ, ਤੁਹਾਡੇ ਘਰ ਘਰ ਤੁਹਾਡੇ ਗਏ ਆ, ਮਤਲਬ ਦਾ ਪੰਜਾਬ ਦਾ ਕੋਈ ਪਿੰਡ ਨਹੀਂ ਜਿੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਗਏ, ਕੋਈ ਪਿੰਡ ਨਹੀਂ ਹੋਣਾ। ਮਤਲਬ ਜੰਗਾਂ ਲੜੀਆਂ ਅਕਾਲੀ ਦਲ ਦੇ ਬਹਾਦਰ ਸੂਰਮਿਆਂ ਨੇ ਜੰਗਾਂ ਲੜੀਆਂ, ਹੁਣ ਦਿੱਲੀ ਫਤਿਹ ਕਰਕੇ ਆਏ। ਮੈਂ ਤੁਸਾਂ ਕੋਈ ਕਹਿੰਦਾ ਨਹੀਂ ਸੀ ਕਿ ਦਿੱਲੀ, ਕਹਿੰਦੇ ਦਿੱਲੀ ਸਰਨਾ ਜਿੱਤੂ, ਸਾਰੇ ਕਹਿੰਦੇ ਸਰਨਾ ਜਿੱਤੂ ਅਖਬਾਰ ਸਾਰੇ। ਮੈਂ ਕਿਹਾ ਕੋਈ ਅਖਬਾਰਾਂ ਦੇ ਜਦੋਂ ਜੰਦਰ ਪਹੁੰਚ ਗਏ ਨਾ, ਔਰ ਨੀਲੀਆਂ ਨੀਲੀਆਂ ਹੋ ਗਈਆਂ, ਉੱਥੇ ਪੈਣ ਲੱਗਦਾ ਸੀ ਦਿੱਲੀ ਵੀ ਨੀਲੀ ਰੰਗੀ ਗਈ, ਤੇ ਹਨੇਰੀ ਲਿਆ ਗਈ ਆਪਣੇ ਜਜ਼ਦਾਰ ਨੇ, ਤੇ ਭੈਣ ਪਿੰਡ ਪਿੰਡ ਘਰ ਘਰ ਫੈਲ ਗਏ, ਤੇ ਸਾਨੂੰ ਭਜਾਤਾ ਬਾਰਡਰ ਚ ਪਾਤਾ। ਇਸ ਕਰਕੇ ਆਹ 5-7 ਦਿਨ ਯਾਰ ਗੁੱਸੇ ਗਿੱਲੇ ਛੱਡ ਦਿਓ, ਕਮੀਆਂ ਹੁੰਦੀਆਂ ਰਹਿੰਦੀਆਂ, ਪ੍ਰਵਾਹ ਨਾ ਕਰੋ। ਜੰਗ ਜਿੱਤਣੀ ਆਪਾਂ, ਮੈਂ ਦਸੂਏ 45,000 ਤੇ ਭਜਾਇਆ ਕਾਂਗਰਸ ਨੂੰ, ਜਿੱਥੇ ਕਾਂਗਰਸ ਦਾ ਘਰ ਹੁੰਦਾ ਸੀ, ਤੇ ਮੋਗਾ ਤਾਂ ਆਪਣਾ ਘਰ ਆ ਯਾਰ। ਮੈਂ ਕਹਿੰਦਾ ਮੋਗਾ ਤਾਂ ਬਸ ਸਫਾਇਆ ਹੀ ਕਰ ਦਿਓ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਦੀ ਪ੍ਰੇਰਨਾ ਸਮਝਾ ਬਾਈ ਪਰਿਵਾਰ ਅਗਵਾਈ ਵਿੱਚ, ਤੇ ਬਹੁਤ ਸਾਰੇ ਪਰਿਵਾਰ ਸਰਦਾਰ ਦਿਲਦੇਵ ਸਿੰਘ ਜੀ, ਗੁਰਭੇਜ ਸਿੰਘ ਬੇਟਾ, ਬਲਵੰਤ ਸਿੰਘ ਨੰਬਰਦਾਰ ਦੀ ਅਗਵਾਈ ਵਿੱਚ, ਉਹ ਸਾਰੇ ਸਰੋਵਰ ਲੈ ਕੇ ਸਰਵੀਰ ਜੀ ਤੋਂ ਸਰਦਾਰ ਲਖਮਣ ਸਿੰਘ ਜੀ, ਕਿਸਾਨ ਯੂਨੀਅਨ ਦੇ ਗੁਰਦੇਵ ਸਿੰਘ ਜੀ, ਕਿਸਾਨ ਯੂਨੀਅਨ ਦੇ ਉਹ ਸਾਰੇ ਸਰੂਪੇ ਲੈਣਗੇ। ਬਹੁਤ ਬਹੁਤ ਚੜ੍ਹਦਾ ਹੈ, ਉਹ ਬਰਕਰਾਰ ਹੈ, ਪਰ ਸਤਿਗੁਰੂ ਕਿਰਪਾ ਕਰਨ ਵੱਡੀ ਜਿੱਤ ਸਾਡੀ ਹੋਵੇ। ਸਾਡੇ ਪਿੰਡ ਦੀ ਪੰਚਾਇਤ ਗੁਰਦੁਆਰਾ ਕਮੇਟੀ ਦੇ ਪ੍ਰਧਾਨ, ਉਹ ਵੀ ਕੋਆਪਰੇਟਿਵ ਕਮੇਟੀ ਦੇ ਪ੍ਰਧਾਨ, ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ, ਉਹਨਾਂ ਨੂੰ ਸੂਬੇ ਵੀ ਦੇਣਗੇ ਸਰਬੀਰ ਜੀ, ਤੇ ਨਾਲ ਹੀ ਸਰਬੀਰ ਜੀ ਨੂੰ ਨਗਰ ਵੱਲੋਂ ਸਨਮਾਨ। ਹਾਕਮ ਸਿੰਘ ਨੂੰ ਬੇਨਤੀ ਆ ਕਿ ਸੁਖਬੀਰ ਜੀ ਤੋਂ ਸਰੋਪੇ ਲੈਣ ਦੀ ਕਿਰਪਾਲਤਾ ਕਰਨ। ਹਾਕਮ ਸਿੰਘ ਗਿੱਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਫਤਿਹ। ਅੱਜ ਦੀ ਇਲੈਕਸ਼ਨ ਬਹੁਤ ਮਹੱਤਵ ਰੱਖਦੀ ਹੈ, ਤੇ ਆਪਣੀ ਲੜਾਈ ਦਾ ਫੈਸਲਾ ਇੱਥੇ ਹੋਣਾ ਕਿ 2014 ਦੀਆਂ ਲੋਕ ਸਭਾ ਚੋਣਾਂ 'ਚ ਤੁਸੀਂ ਸਾਡੇ ਸਿਰ 'ਤੇ ਹੱਥ ਰੱਖਿਆ, 2012 'ਚ ਉਹਨਾਂ ਲੋਕਾਂ ਨੂੰ ਸਤਿਕਾਰ ਮਾਨ ਦਿੱਤਾ ਜਿਨ੍ਹਾਂ ਨੇ ਕੰਮ ਕੀਤਾ, ਉਹਨਾਂ ਨੂੰ ਨਕਾਰਿਆ ਜਿਹੜੇ ਕਰਪਸ਼ਨਾਂ ਕਰਦੇ ਸੀ, ਜਿਨ੍ਹਾਂ ਦਾ ਚਿਹਰਾ ਪ੍ਰੂਫ ਹੋ ਗਿਆ ਸੀ। ਇਸ ਕਰਕੇ ਸਾਰੂ ਸੁਭਾਅ ਦੇ ਉਹਨਾਂ ਦੇ ਕਹਿਣ ਦੇ ਕਰਦੇ ਦੀ ਉਹ ਆਪਾਂ ਸਾਰੇ ਗੱਲ ਜਾਣਦੇ ਹਾਂ। ਇਸ ਕਰਕੇ ਜਿਹੜੀਆਂ ਜਿਹੜੀਆਂ ਗੱਲਾਂ ਉਹਨਾਂ ਨੇ ਇੱਥੇ ਆਪਾਂ ਹੁਣ ਐਲਾਨ ਨਹੀਂ ਕਰ ਸਕਦੇ।